ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ نیوز ਚੈਨਲ ਤੇ ਮੈਂ ਹਾਂ ਤਰਸੀਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਸੁਪਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਕਿ ਬਜ਼ੁਰਗਾਂ ਨੂੰ ਫਿਰ ਰੇਲ ਕਿਰਾਏ 'ਚ ਮਿਲ ਸਕਦੀ ਹੈ ਛੋਟ ਉਮਰ ਸੀਮਾ ਵਿੱਚ ਕੀਤਾ ਬਦਲਾ ਸੀਐਮ ਦਾ ਐਮਪੀ ਮਾਨ ਨੂੰ ਧੋਖਵਾ ਜਵਾਬਾ ਪਾਕਿਸਤਾਨ ਖਿਲਾਫ ਬੋਲਣਾ ਚੰਨ ਤੇ ਠੋਕਣ ਬਰਾਬਰ ਮਾਨ ਕੈਬਨਟ ਵੱਲੋਂ ਡੇਟਾ ਲੈ ਮਿਲਿੰਗ ਪਾਲਿਸੀ ਨੂੰ ਹਰੀ ਚੰਦਰੀ ਟਰੱਕਾਂ ਤੇ ਜੀਪੀਐਸ ਬਿਲੀ ਮੀਟਰ ਨਾਲ ਨਿਗਰਾਨੀ ਵੱਡੀ ਖਬਰ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਫਸਲਾ ਤੇ ਲੱਗੀ ਮੋਹਰ ਹੁਣ 17 ਸਾਲ ਬਾਅਦ ਹੀ ਵੋਟਰ ਸੂਚੀ ਲਈ ਕਰ ਸਕੋਗੇ ਅਪਲਾਈ ਚੋਣ ਕਮਿਸ਼ਨ ਨੇ ਜਾਰੀ ਕੀਤੀ ਹੈ ਹਦਾਇਤਾਂ ਅਹਿਮ ਖਬਰ ਪੰਜਾਬ ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਕਿਸਾਨਾਂ ਨੂੰ ਸਲਾਹ ਔਰ ਤਾਲੇ ਕੁਝ ਕਬਰੀਆ ਸਕੀਮ ਚ ਹਰ ਮਹੀਨੇ ਕਰੋਗੇ ਨਿਵੇਸ਼ ਤਾਂ ਮਿਲੇਗੀ 44900 ਰੁਪਏ ਪੈਨਸ਼ਨ ਜਾਣੋ ਪੂਰਾ ਪ੍ਰੋਸੈਸ ਪੰਜਾਬ ਚ ਮਾਸਟਰ ਕੇਡਰ ਦੀਆਂ 4902 ਭਾਰਤੀ ਪ੍ਰੀਖਿਆ ਦੀ ਮਿਤੀ ਵੀ ਜਾਰੀ ਜਲਦ ਹੋਣਗੀਆਂ ਹੋਰ ਭਾਰਤੀਆ ਸਿੱਖਿਆ ਮੰਤਰੀ ਅਗਲੇ ਸਾਲ ਤੱਕ ਹਥਿਆਰਬੰਦ ਬਲਾਂ ਚ ਭਰੀਆਂ ਜਾਣਗੀਆਂ 84405 ਖਾਲੀ ਅਸਾਮੀਆਂ ਸੀਮਾ ਮਾਂ ਨੇ ਹੜ੍ਹ ਕਰਕੇ ਨੁਕਸਾਨੀਆਂ ਫਸਲਾਂ ਦੀ ਪਰਪਾਈ ਦੇ ਹੁਕਮ ਬੋਲੇ ਸਰਕਾਰ ਬੇਵੱਸ ਨਹੀਂ ਛੱਡੇਗੀ ਫਾਇਦਾ ਇੱਕ ਜਹਾਜ਼ ਹੋਇਆ ਕ੍ਰੈਸ਼ ਦੂਰ ਤੱਕ ਦੇਖੀਆਂ ਅੱਗ ਦੀਆਂ ਲਪਟਾਂ ਮਰਹੂਮ ਸਿਦਦ ਮੁਸੇਵੜਾ ਦੀ ਮਾਂ ਨੇ ਬਾਹ ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ ਖਾਸ ਖਬਰ ਹੁਣ ਸਿੱਖ ਔਰਤਾਂ ਦਾ ਵੀ ਹੋਵੇਗਾ ਚਲਾਨ ਕਾ ਦੋਸਤੋ ਅਸੀਂ ਆਪਣੀ ਇਸ ਵੇਲੇ ਦੀ 14ਵੀਂ ਖਬਰਾਂ ਹੁਣ ਗੱਲਬਾਤ ਕਰਦੇ ਜੈਨਾਂ ਖਬਰਾਂ ਦੇ ਵਿਸਤਾਰ ਨਾਲ ਪਹਿਲੀ ਵੱਡੀ ਖਬਰ ਹੈ ਜੀ ਕਿ ਬਜ਼ੁਰਗਾਂ ਨੂੰ ਫਿਰ ਰੇਲ ਕਰਾਏ ਵਿੱਚ ਮਿਲ ਸਕਦੀ ਹੈ ਛੋਟ ਉਮਰ ਸੀਮਾ ਵਿੱਚ ਕੀਤਾ ਗਿਆ ਬਦਲਾ ਜੀ ਦੋਸਤੋ ਰੇਲ ਮੰਤਰਾਲੇ ਵੱਲੋਂ ਰੇਲ ਕਰਾਏ ਵਿੱਚ ਇੱਕ ਵਾਰ ਦੀ ਛੋਟ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਬਜ਼ੁਰਗਾਂ ਨੂੰ ਰੇਲ ਕਰਾਏ ਵਿੱਚ ਛੋਟ ਦੇਣ ਦੀ ਚਰਚਾ ਚੱਲ ਰਹੀ ਹੈ ਦੱਸਦੇ ਕਿ ਕੋਰੋਨਾ ਦੇ ਦੌਰ ਚ ਬਜ਼ੁਰਗਾਂ ਨੂੰ ਉਮਰ ਸੀਮਾ ਤੋਂ ਛੋਟ ਦਿੱਤੀ ਗਈ ਸੀ ਪਰ ਐਸਤੇ ਰੋਕ ਲਾ ਦਿੱਤੀ ਗਈ ਹੈ कोरोना ਦੇ ਪ੍ਰਕੋਪ ਤੋਂ ਬਾਅਦ ਜਦੋਂ ਰੇਲ ਸੇਵਾ ਮੋੜ ਲਈ ਤੇ ਆ ਗਈ ਹੈ ਤਾਂ ਇਸ ਜ਼ਹੂਲਤ ਬਹਾਲ ਨਹੀਂ ਕੀਤੀ ਗਈ ਜਿਸ ਕਾਰਨ ਹਰ ਵਾਰ ਗਰ ਨਾਰਾਜ਼ਾ ਹੈ ਪਿਛਲੇ ਦੋ ਦਹਾਕੇ ਤੋਂ ਰੇਲਵੇ ਰਾਇਤ ਬਾਰੇ ਚਰਚਾ ਹੁੰਦੀ ਰਹੀ ਜਿਸ ਨੂੰ ਕਈ ਕਮੇਟੀਆਂ ਨੇ ਵਾਪਸ ਲਿਆ ਦੀ ਚਪਾਚ ਕੀਤੀ ਜੁੜਾਈ 2016 ਵਿੱਚ ਰੇਲਵੇ ਨੇ ਬਜ਼ੁਰਗਾਂ ਲਈ ਇੱਕ ਵਿਕਲਪਿਕ ਰਿਆਇਤ ਦਿੱਤੀ ਸੀ ਜਿਸ ਵਿੱਚ ਕਈ ਤਰ੍ਹਾਂ ਦੇ ਯਾਤਰੀ ਨੂੰ 5000 ਰੁਪਏ ਤੋਂ ਜ਼ਿਆਦਾ ਰਿਆਇਤਾਂ ਦੇਣ ਕਰਨ ਰੇਲਵੇ ਨੇ ਹਰ ਸਾਲ ਕਰੀਬ 2000 ਕਰੋੜ ਰੁਪਏ ਦਾ ਵਿੱਤੀ ਬੋਝ ਚੱਲਣਾ ਪੈਂਦਾ ਹੈ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ ਰਿਆਇਤ ਕੁੱਲ ਛੋੜ ਦਾ ਲਗਭਗ 80% ਦੀ ਹੈ ਭਾਰਤੀ ਰੇਲਵੇ ਦੇ ਸੀਨੀਅਰ ਸਿਟੀਜ਼ਨ ਰਿਆਇਤ ਸ਼ੈਡੋਲੇ ਲੋਕਾਂ ਨੂੰ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਸਫਲ ਨਹੀਂ ਹੋਇਆ ਪਿਛਲੇ ਰੇਲ ਪਿਛਲੇ ਹਫ਼ਤੇ ਰੇਲ ਮੰਤਰੀ ਆਸ਼ਵਨੀ ਵੈਸ਼ਨਵ ਨੇ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਰਿਯਾਇਤਾਂ ਦੇਣ ਦਾ ਖਰਚਾ ਰੇਲਵੇ ਤੇ ਭਾਰੀ ਪੈਂਦਾ ਉਹਨਾਂ ਨੇ ਕਿਹਾ ਕਿ ਵਕ-ਵਕ ਚੁਣੌਤੀਆਂ ਦੇ ਮੱਦੇਨਜ਼ਰ ਬਜ਼ੁਰਗ ਨਾਗਰਿਕਾਂ ਸਮੇਤ ਸਾਰੀਆਂ ਸ਼੍ਰੇਣੀਆਂ ਦੇ ਯਾਤਰੀਆਂ ਲਈ ਰਿਯਾਇਤਾਂ ਦਾ ਕੇਰਾ ਵਧਾਉਣਾ ਮੁਨਾਸਿਬ ਨਹੀਂ ਹੈ ਸੀਐਮ ਮਾਨ ਦਾ ਐਮਪੀ ਮਾਨ ਨੂੰ ਠੋਕਾ ਜਵਾਬ ਆਪਾਸ ਖਿਲਾਫ ਬੋਲਣਾ ਚਾਹਨ ਦੇ ਠੋਕਰ ਬਰਾਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ਸਾਂਸਰ ਮੈਂਬਰ ਸਮਜੀਤ ਮਾਨ ਨੂੰ ਸ਼ਹੀਦ ਇਜ਼ਾਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਕਰਾਰਾ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਦਵਾਈ ਆਜ਼ਾਦੀ ਵਿੱਚ ਆ ਉਹਨਾਂ ਨੇ ਸੰਵਿਧਾਨ ਦੀ ਸੌਖਾ ਦੀ ਤੇ ਹੁਣ ਨਿੰਦਾ ਕਰ ਰਹੇ ਨੇ ਸ਼ਹੀਦ ਇਜ਼ਾਮ ਭਗਤ ਸਿੰਘ ਦੇਸ਼ ਲਈ ਲੜ ਰਹੇ ਸਨ ਉਹਨਾਂ ਦੇ ਨਾਲ ਲਾਲਾ ਲਾਜਪਤ ਰਾਏ ਚੰਦਰ ਸ਼ੇਖਰ ਆਜਾਸਨ ਵੀ ਕੌਣ ਨੇ ਅੱਤਵਾਦੀ ਕਹਿਣ ਵਾਲੇ ਸੀਮਾਨ ਨੇ ਕਿਹਾ ਕਿ ਭਗਤ ਸਿੰਘ ਦੀ ਸ਼ਖਸੀਅਤ ਕਿਸੇ ਖਾਸ ਵਿਅਕਤੀ ਤੋਂ ਰੁਤਬੇ ਦੀ ਮੁਤਾਜ ਨਹੀਂ ਉਹ ਸ਼ਹੀਦ ਆਜ਼ਮ ਨੇ ਭਗਤ ਸਿੰਘ ਖਿਲਾਫ ਬੋਲਣਾ ਚਾਹੁੰਦੇ ਥੋਕ ਬਰਾਬਰ ਹੈ ਚਾਹੁੰਦੇ ਥੋਕ ਉਹ ਕਿਹਾ ਤੁਹਾਡੇ ਆਪਣੇ ਤੇ ਹੀ ਪਾਊਗਾ ਮਾਨ ਕੈਬਨਟ ਵੱਲੋਂ ਡਿਜੀਟਲ ਮਿਲਿੰਗ ਪਾਲਿਸੀ ਨੂੰ ਹਰੀ ਚੰਡੀ ਟਰੱਕਾਂ ਤੇ ਜੀਪੀਐਸ ਬੀਲੀਮੀਟਰ ਨਾਲ ਨਿਗਰਾਨੀ ਪੰਜਾਬ ਦੇ ਚੋਣੇ ਦੀ ਖਰੀਦਦਾਰ ਸ਼ੈਲਰ ਅਤੇ ਮਿਲ ਤੱਕ ਲਿਜਾਣ ਦੇ ਮਿਲਿੰਗ ਪਾਲਿਸੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਕੈਬਨਟ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਟਰੱਕਾਂ ਤੇ ਜੀਪੀਐਸ ਤੇ ਬੀਲੀਮੀਟਰ ਆਹੀ ਬੇਲੇਗ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਬਾਹਰੋਂ ਝੋਨਾ ਲਿਆ ਕੇ ਇੱਥੇ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਲੈ ਕੇ ਜਾਣ ਵਾਲੇ ਟਰੱਕ ਤੇ ਜੀਪੀਐਸ ਸੰਬੰਧੀ ਦੇ ਗੇਟ ਤੋਂ ਨਿਕਲਣ ਵਾਲੇ ਟਰੱਕ ਦੀ ਫੋਟੋ ਹੋਵੇਗੀ ਤੇ ਫੋਟੋ ਅਤੇ ਜੀਪੀਐਸ ਦਾ ਸਮਾਂ ਮੇਲ ਖਾਂਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਹੀ ਉਸ ਨੂੰ ਸ਼ੈਲਰਾਂ ਵਿੱਚ ਐਂਟਰੀ ਮਿਲੇਗੀ ਇਸ ਦੇ ਨਾਲ ਦੂਜੇ ਰਾਜਾਂ ਤੋਂ ਆਉਣ ਵਾਲੀ ਫਸਲ ਨੂੰ ਖਤਮ ਕੀਤਾ ਜਾ ਸਕੇਗਾ ਵੱਡੀ ਖਬਰ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਕਈ ਫੈਸਲੇ ਲੱਗੀ ਮੋਹਰ ਪੰਜਾਬ ਕੈਬਨਟ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਜੀ ਮੀਟਿੰਗ ਤੋਂ ਬਾਅਦ ਹੁਣ ਮੁੱਖ ਮੰਤਰੀ ਮਾਨ ਨੇ ਗੱਲਬਾਤ ਕਰਦਿਆ ਕਿ ਇਸ ਬੈੜਕ ਚ ਪੰਜਾਬ ਦੇ ਲੋਕਾਂ ਦੇ ਪੱਖੀ ਫੈਸਲੇ ਲਏ ਗਏ ਨੇ ਮਾਨ ਨੇ ਦੱਸਿਆ ਕਿ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇਗੀ ਉਹਨੇ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਰੋਲ ਨਾ ਨਹੀਂ ਦਿੱਤਾ ਜਾਵੇਗਾ ਤੇ ਕਿਸਾਨ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਸਜਾਵਾਂ ਪੂਰੀਆਂ ਕਰ ਚੁੱਕੇ 100 ਕੇ ਅੱਧੇ ਰਿਹਾ ਕੀਤਾ ਜਾਵੇਗਾ ਜੋ ਬੀਬੀਆਂ ਪੰਜਾਬੀ ਦੀ ਤੋਂ ਵਧੇਰੇ ਸਜਾ ਪਹੁੰਚ ਚੁੱਕੀਆਂ ਨੇ ਜਾਂ ਦਿਵਿਆਂਗ ਹਨ ਉਹਨਾਂ ਨੂੰ ਵੀ 15 ਗੱਜ ਪੂਰੀ ਰਹਾ ਕੀਤੀ ਜਾਵੇਗਾ ਘੱਟ ਕੀਮਤ ਤੇ ਹੋਈ ਮੂੰਗੀ ਦੀ ਖਰੀਦ ਨੂੰ ਲੈ ਕੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਿਹੇ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਵੱਖ ਮੰਤਰੀ ਨੇ ਦੱਸਿਆ ਕਿ ਪ੍ਰਾਜ ਨੂੰ ਲੈ ਕੇ ਵੀ ਕੈਬਨਟ ਨੇ ਅਹਿਮ ਫੈਸਲਾ ਲਿਆ ਗਿਆ ਤੇ ਉਹਨਾਂ ਦੱਸਿਆ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਦਿੱਤੇ ਜਾਣਗੇ ਜਿਸ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਗਈ ਹੈ ਜਿਸ ਵਿੱਚ 5500 ਮਾਨ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪਾਏ ਜਾਣਗੇ ਤੇ 1500 ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ ਹੁਣ 17 ਸਾਲ ਬਾਅਦ ਹੀ ਵੋਟਰ ਸੂਚੀ ਲਈ ਕਰ ਸਕੋਗੇ ਅਪਲਾਈ ਚੋੜਖ ਮਹੀਨੇ ਜਾਰੀ ਕੀਤੀ ਹੈ ਹਦਾਇਤਾ ਹੰਤਾਨਾ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ 18 ਸਾਲ ਦੀ ਉਮਰ ਤੱਕ ਉਡੀਕ ਨਹੀਂ ਕਰਨੀ ਪਵੇਗੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ 17 ਸਾਲ ਤੋਂ ਬਾਅਦ ਉਮਰ ਦੇ ਨੌਜਵਾਨ ਅਸਲ ਵਿੱਚ ਪਹਿਲਾਂ ਹੀ ਅਪਲਾਈ ਕਰ ਸਕਦੇ ਨੇ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਅਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਸਾਰੇ ਰਾਜਾਂ ਦੇ ਸੀਈਓ ਅਤੇ ਆਈਈਆਰਓਜ਼ ਅਤੇ ਏਈਆਰਓਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜੇਹਾ ਟੈਕਨੋਲੋਜੀ ਹਲ ਤਿਆਰ ਕਰਨ ਜਿਸ ਨਾਲ ਨੌਜਵਾਨਾਂ ਨੂੰ ਪਹਿਲਾਂ ਤੋਂ ਹੀ ਅਪਲਾਈ ਕਰਨ ਦੀ ਸਹੂਲਤ ਮਿਲੇ ਚੋਣ ਕਮਿਸ਼ਨ ਵੱਲੋਂ ਜਾਰੀ ਹਟਾਇਤ ਅਨੁਸਾਰ ਹੁਣ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਲਈ ਸਾਲ ਦੀ ਪਹਿਲੀ ਜਨਵਰੀ ਨੂੰ 18 ਸਾਲ ਦੀ ਉਮਰ ਸੀਮਾ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਸਗੋਂ 18 ਸਾਲ ਤੋਂ ਵੱਧ ਹੁੰਦੇ ਹੀ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਨੇ ਅਹਿਮ ਖਬਰ ਪੰਜਾਬਾ ਚਾਇਤੋਂ ਪਾਰੀ ਮੀਂਹ ਦਾ ਅਲਟ ਮੌਸਮ ਭਾਗ ਦੇ ਕਿਸਾਨਾਂ ਨੂੰ ਸਲਾਹ ਮੌਸਮ ਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਤੋਂ ਸਰਗਰਮ ਹੋਵੇਗਾ ਮੌਸਮ ਭਾਗ ਨੇ ਪੰਜਾਬ ਦੇ ਵਾਕਫ ਵਕ ਜੜਜਾ 28 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਤੇ ਮੌਸਮ ਵਿਭਾਗ ਵੱਲੋਂ ਇਹਨਾਂ ਦਿਨਾਂ ਦੌਰਾਨ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਖੇਤਾਂ 'ਚ ਸਪਰੇਅ ਨਾ ਕਰਦੇ ਪਾਣੀ ਨਾ ਲਾਉਣ। ਪੰਜਾਬ 'ਚ ਪਿਛਲੇ ਦਿਨੀ ਵੀ ਭਾਰੀ ਮੀਂਹ ਪਿਆ ਸੀ ਜਿਸ ਦੌਰਾਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸੜਕਾਂ ਗਲੀਆਂ ਨਾਲੀਆਂ 'ਚ ਪਾਣੀ ਭਰਨ ਕਣ ਲੋਕਾਂ ਨੂੰ ਕਈ ਥਾਵਾਂ 'ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਔਰਤਾਂ ਲਈ ਖੁਸ਼ਖਬਰੀ ਇਸ ਸਕੀਮ ਚ ਹਰ ਮਹੀਨੇ ਕਰੋਗੇ ਨਿਵੇਸ਼ਤਾ ਮਿਲੇਗੀ 44900 ਰੁਪਏ ਪੈਨਸ਼ਨ ਜਨਪੂਰਾ ਪ੍ਰੋਸੈਸ ਕੇਂਦਰ ਸਰਕਾਰ ਨੇ ਆਤਮ ਨਿਰਭਰ ਵਿਅਵਤਾ ਔਰਤਾਂ ਲਈ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ ਜੀ ਸਰਕਾਰ ਦੀ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਸਵੈ ਨਿਰਭਰ ਔਰਤਾਂ ਨੂੰ ਅਸੀਂ ਯੋਜਨਾ ਤੋਂ ਲਗਭਗ 45000 ਰੁਪਏ ਦਾ ਲਾਭ ਮਿਲਣ ਜਾ ਰਿਹਾ ਹੈ ਅਜਿਹੀ ਸਥਿਤੀ ਹੈ ਜੇਕਰ ਤੁਸੀਂ ਵਿਅਵਤਾ ਹੋਣ ਦੇ ਨਾਲ ਨਾਲ ਆਤਮ ਨਿਰਭਰ ਹੋ ਤਾਂ ਤੁਸੀਂ ਰਾਸ਼ਟਰੀ ਪੈਨਸ਼ਨ ਯੋਜਨਾ ਤਹਿਤ ਖਾਤਾ ਖੋਲ੍ਹ ਕੇ ਅਸੀਂ ਯੋਜਨਾ ਦਾ ਲਾਭ ਲੈ ਸਕਦੇ ਹੋ ਰਾਸ਼ਟਰੀ ਪੈਨਸ਼ਨ ਯੋਜਨਾ ਦੇ ਤਹਿਤ ਯੋਜਨਾ ਦਾ ਲਾਭ ਲੈਣ ਲਈ ਸਭ ਨਿਰਪਰਵਰਤਨ ਔਰਤਾਂ ਨੂੰ ਪਹਿਲਾਂ ਨਵੀਂ ਪੈਨਸ਼ਨ ਯੋਜਨਾ ਦੇ ਤਹਿਤ ਖਾਤਾ ਖੋਲਣਾ ਹੋਵੇਗਾ ਤੇ ਇਸ ਵਿੱਚ ਨਿਵੇਸ਼ ਕਰਨਾ ਹੋਵੇਗਾ 60 ਸਾਲ ਬਾਅਦ ਇਸ ਸਕੀਮ ਤਹਿਤ ਲਾਪਤੀ ਔਰਤ ਨੂੰ 45000 ਰੁਪਏ ਪ੍ਰਤੀ ਮਹੀਨਾ ਜਾਂ ਇੱਕ ਬੋਸਤ ਰਕਮ ਮਿਲੇਗੀ ਐਨਪੀਐਸ ਕੇਂਦਰ ਸਰਕਾਰ ਦੁਆਰਾ ਸ਼ੁਰੂ ਕੀਤੀ ਇੱਕ ਰਾਸ਼ਟਰੀ ਪੈਨਸ਼ਨ ਯੋਜਨਾ ਸਕੀਮ ਤਹਿਤ ਸਵੇ ਸਹਾਰੀਆ ਸਵੈਨਿਰਪਰਵਰਤਨਔਰਤਾਂ ਨੂੰ ਸਰਕਾਰ ਵੱਲੋਂ 45000 ਰੁਪਏ ਦਿੱਤੇ ਜਾਣਗੇ ਇਸ ਸਕੀਮ ਤਹਿਤ ਸਵੈਨਿਰਪਰਵਰਤਨਔਰਤ ਨੂੰ ਇੱਕ ਨਿਸ਼ਚਿਤ ਰਕਮ ਦਾ ਨਿਵੇਸ਼ ਕਰਨਾ ਹੁੰਦਾ ਇਸ ਤੋਂ ਬਾਅਦ ਜੋ ਲਾਪਤਰੀ ਔਰਤ 60 ਸਾਲ ਦੀ ਹੋ ਜਾਂਦੀ ਹੈ ਤਾਂ ਹਰ ਮਹੀਨੇ 45000 ਰੁਪਏ ਦੀ ਸਾਈ ਰਕਮ ਇਕੱਠੀ ਹੋ ਜਾਂਦੀ ਹੈ ਐਨਪੀਐਸ ਸਕੀਮ ਦੇ ਤਹਿਤ ਤੁਸੀਂ ਸਿਰਫ 1000 ਰੁਪਏ ਨਾਲ ਖਾਤਾ ਖੋਲ੍ਹ ਸਕਦੇ ਹੋ ਨਵੇਂ ਨਿਯਮਾਂ ਦੇ ਤਹਿਤ ਇੱਕ ਔਰਤ 65 ਸਾਲ ਦੀ ਉਮਰ ਤੱਕ ਐਨਪੀਐਸ ਖਾਤਾ ਚਲਾ ਸਕਦੀ ਹੈ ਪੰਜਾਬ ਚ ਮਾਸਟਰ ਕਾਡਰ ਦੀਆਂ 4902 ਭਾਰਤੀ ਪ੍ਰੀਖਿਆਵਾਂ ਦੀ ਮਿਤੀ ਵੀ ਜਾਰੀ ਜਲਦ ਹੋਣਗੀਆਂ ਹੋਰ ਭਾਰਤੀ ਸਿੱਖਿਆ ਮੰਤਰੀ ਪੰਜਾਬਟ ਮਾਸਟਰ ਕਾਡਰ ਦੇ 4902 ਅਧਿਆਪਕਾਂ ਦੀ ਭਾਰਤੀ ਕੀਤੀ ਜਾ ਰਹੀ ਹੈ ਅਸਲੇ ਵਿਭਾਗ ਵੱਲੋਂ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ ਗਈ ਹੈ ਤੇ 21 ਅਗਸਤ ਤੋਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਨੇ ਤੇ 11 ਸਤੰਬਰ ਤੱਕ ਹੋਣਗੀਆਂ ਸਿੱਖਿਆ ਮੰਤਰੀ ਹਰਜੋਤ ਬਸਨੇ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦੀ ਹੀ ਹੋਰ ਭਾਰਤੀਆਂ ਕੀਤੇ ਜਾਣਗੇ ਤੇ 1 ਸਾਲ ਦੇ ਅੰਦਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦਿੱਤੀ ਜਾਵੇਗੀ। ਅਗਲੇ ਸਾਲ ਤੱਕ ਹਥਿਆਰਬੰਦ ਬਲਚ ਭਰੀਆਂ ਜਾਣਗੀਆਂ 84405 ਖਾਲੀ ਅਸਾਮੀਆਂ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਦੱਸਿਆ ਕਿ ਸਰਕਾਰ ਨੇ ਦਸੰਬਰ 2023 ਤੱਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਸੀਏਪੀਐਫਐਸ ਵਿੱਚ 84405 ਖ ਮੌਜੂਦਾ ਖਾਲੇ ਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਹੈ ਭਾਜਪਾ ਦੇ ਸੰਸਦ ਮੈਂਬਰ ਅਨਿਲ ਅਗਰਵਾਲ ਦੇ ਲਿਖਤੀ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਕੌਸਟੇਬਲ ਦੀਆਂ 25271 ਸਾਮੀਆਂ ਨੂੰ ਭਰਲੇ ਪਹਿਲਾਂ ਹੀ ਪ੍ਰੀਖਿਆ ਕਰਵਾਈ ਜਾ ਚੁੱਕੀ ਹੈ ਜਾਣਕਾਰੀ ਇੱਕ ਨਿਊਜ਼ ਏਜੰਸੀ ਨੇ ਦਿੱਤੀ ਸੰਸਦ ਵਿੱਚ ਸਰਕਾਰ ਨੇ ਦੱਸਿਆ ਕਿ 6 ਕੇਂਦਰੀ ਹਥਿਆਰਮਦ ਪੁਲਿਸ ਬਲਾਂ ਵਿੱਚ ਕੁੱਲ 84405 ਅਸਾਮੀਆਂ ਖਾਲੀ ਹਨ ਜਿਨ੍ਹਾਂ ਵਿੱਚ ਕੇਂਦਰੀ ਜ਼ਰੂਰ પોલીસ ਬਾਲ ਵਿੱਚ ਸਭ ਤੋਂ ਵੱਧ 29985 ਅਸਾਮੀਆਂ ਨੇ ਬਦਵਾਰ ਨੂੰ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ ਗਈ। ਸੀਐਮ ਨੇ ਹੜ੍ਹ ਕਰਕੇ ਨੁਕਸਾਨੀਆਂ ਫਸਲਾਂ ਦੇ ਪਰਪਾਈ ਦੇ ਹੁਕਮ ਬੋਲੇ ਸਰਕਾਰ ਬੇਵੱਸ ਨਹੀਂ ਛੱਡੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਸ਼੍ਰੀ ਮੁਖਤਸਰ ਸਹਿਤੇ ਫਾਇਲਕਾਰ ਦੇ ਹਰ ਪ੍ਰਭਾਤ ਇਲਾਕੇ ਵਿੱਚ ਫਸਲਾਂ ਦੇ ਹੋਏ ਭਾਈ ਨੁਕਸਾਨ ਦਾ ਜਾਇਜ਼ਾ ਲਿਆਉਣ ਨਾ ਕਿਹਾ ਕਿ ਕਿਸਾਨ ਪਰਿਵਾਰਾਂ ਦੇ ਹੌਇ ਚਾਪੇ ਚਾਪੇ ਨੁਕਸਾਨ ਦੇ ਪਰਪਾਈ ਕਹਿੰਦੇ ਨਿਰਦੇਸ਼ ਦਿੱਤੇ ਗਏ ਨੇ ਸੀਮਾ ਨੇ ਕਿਹਾ ਕਿ ਕੁਦਰਤੀ ਮਾਰਕ ਇਸੇ ਦੇ ਹੱਥ ਵਸ ਨਹੀਂ ਹੁੰਦੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਰਕਾਰ ਲੋਕਾਂ ਨੂੰ ਬੇਵਸਤ ਛੱਡ ਦੇਵੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੀ ਮਾਲਵੇ ਖੇਤੇ ਵਿੱਚੋਂ ਸੇਮ ਦੀ ਸਮੱਸਿਆ ਦੇ ਪੂਰੀ ਤਰ੍ਹਾਂ ਖਾਤਮੇ ਲਈ ਜੋ ਚੱਜੀ ਇਹ ਨਾ ਬੰਦੀ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਅਜਿਹੀਆਂ ਯੋਜਨਾਾਂ ਤਿਆਰ ਕੀਤੀਆਂ ਜਾਣ ਜਿਸ ਨਾਲ ਪੂਰੇ ਰਾਜ ਵਿੱਚੋਂ ਸੇਮ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਜੰਗੀ ਪੱਧਰ ਤੇ ਇਸ ਪ੍ਰੋਜੈਕਟ ਉਤੇ ਕੰਮ ਕਰੇਗੀ ਤਾਂ ਜੋ ਸੇਮ ਕਾਰਨ ਹੋਣ ਵਾਲੇ ਨੁਕਸਾਨ ਨੂੰ ਤੁਰੰਤ ਰੋਕਿਆ ਜਾ ਸਕੇ ਉਹਨਾਂ ਨੇ ਕਿਹਾ ਕਿ ਇਸ ਕੰਮ ਲਈ ਫੰਡਾਂ ਦੀ ਕੋਈ ਕਟ ਨਹੀਂ ਆਉਂ ਦਿੱਤੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਸੇਮ ਦੀ ਸਮੱਸਿਆ ਦੇ ਛੇਤੀ ਤੋਂ ਛੇਤੀ ਸਥਾਈ ਹੱਲ ਲਈ ਵਚਨਬੱਧ ਹੈ ਫੌਜ ਦਾ ਇੱਕ ਜਹਾਜ਼ ਹੋਇਆ ਕ੍ਰੈਸ਼ ਦੂਰ ਤੱਕ ਦੇਖੀਏ ਅੱਗ ਦੀਆਂ ਲਪਟਾਂ ਰਾਜਸਥਾਨ ਦੇ ਬਾੜਮੇਰ ਵਿੱਚ ਮਿਗ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਜੀ ਖਬਰ ਹੈ ਕਿ ਬਾੜੇਮਾਰ ਬਾੜਮੇਰ ਦੇ ਭੀਮ ਦਾ ਪਿੰਡ ਵਿੱਚ ਮਿ ਕ੍ਰੈਸ਼ ਹੋਇਆ ਤੇ ਲੋਕਾਂ ਨੇ ਜੋ ਦਾ ਤਮਾਕੇ ਨਾਲ ਅੱਗ ਲਗੰਦੀ ਹੈ ਵੱਡੀਆਂ ਲਾਟਾਂ ਦੇਖੀਆਂ ਮਿ ਕ੍ਰੈਸ਼ ਹੋਣ ਦੀ ਖਬਰ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪ੍ਰਸ਼ਾਸਨ ਮੌਕੇ ਤੇ ਰਵਾਨਾ ਹੋ ਗਿਆ ਮਰਹੂਮ ਸਿੱਧੂ ਮੂਸੇਵਾਲਾ ਦੀ ਮਾਂ ਨੇ ਬਾਹ ਤੇ ਬਣਵਾਇਆ ਪੁੱਤ ਦੇ ਨਾਂ ਦਾ ਟੈਟੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੱਲ ਯਾਨੀ 29 ਜੁਲਾਈ ਨੂੰ 2 ਮਹੀਨੇ ਹੋ ਜਾਣਗੇ ਤੇ ਇਸ ਮੂਸੇਵਾਲਾ ਕਤਲਕਾਰ ਵਿੱਚ ਸ਼ਾਮਲ ਸਾਰੇ ਸ਼ੂਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਹਾਲਾਂਕਿ ਕਤਲ ਪਿੱਛੇ ਮਾਸਟਰਮਾਈਂਡ ਗੋਲਦੀ ਬਰਾੜਾ ਜੇ ਵੀ ਕੈਨੇਡਾ ਚ ਲੁਕਿਆ ਬੈਠਾ ਸਿੱਧੂ ਦੇ ਚੌੜੋ ਵਾਲਿਆਂ ਵੱਲੋਂ ਆਪਣੇ ਪਸੰਦੇ ਦਾ ਗਾਇਕ ਨੂੰ ساری ਉਮਰ ਯਾਦ ਰੱਖਦੇ ਬਾਅਦ ਟੈਟੂ ਬਣਵਾਏ ਜਾ ਰਹੇ ਨੇ ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪਿਤਾ ਦਾ ਆਪਣੇ ਪੁੱਤ ਦਾ ਟੈਟੂ ਬਣਵਾਉਂਦੇ ਨਜ਼ਰ ਆ ਰਹੇ ਨੇ ਇਸ ਦੇ ਦਰਮਿਆਨ ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਤਸਵੀਰ ਸਾਹਮਣੇ ਆ ਰਹੀ ਜਿਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਮਾ ਚਰਨ ਘੋੜਾ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਵੀ ਆਪਣੀ ਬਾਹ ਤੇ ਸ਼ੁਭ ਸਵਰਨ ਪੁੱਤ ਦਾ ਟੈਟੂ ਬਣਵਾਇਆ ਹੈ ਖਾਸ ਕਰ ਹੁਣ ਸਿੱਖ ਔਰਤਾਂ ਦਾ ਵੀ ਹੋਵੇਗਾ ਚਲਾਨ ਅੱਜ ਦੀ ਲਾਸਟ ਖਬਰ ਹੈ ਜੀ ਕਿ ਚੰਡੀਗੜ੍ਹ ਵਿੱਚ ਜਿੱਥੇ ਦੁਪਹੀਆ ਵਾਂ ਚਲਾਉਣ ਵਾਲੀਆਂ ਔਰ ਤਾਂ ਇਹ ਚਲਾਨ ਕੀਤੇ ਜਾ ਰਹੇ ਨੇ ਉੱਥੇ ਸਿਕ ਔਰਤਾਂ ਨੂੰ ਹੈਲਮਟ ਨਾ ਪਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਹੁਣ ਸਿਕ ਔਰਤਾਂ ਚਲਾਨ ਤੋਂ ਬਚ ਨਹੀਂ ਸਕਣਗੀਆਂ ਚੰਡੀਗੜ੍ਹ ਪ੍ਰਸ਼ਾਸਨ ਮਤਾਕ ਦਸਤਾਵੇਜ਼ਾਂ ਨਾਲ ਸਜਾਉਣ ਵਾਲੀਆਂ ਸਿਕ ਔਰਤਾਂ ਨੂੰ ਹੈਲਮਟ ਨਾ ਪਾਉਣ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ ਦੱਸ ਦੇ ਕਿ ਮਜੂਦਾ ਸਮੇਂ ਸਿਰਫ ਕਾਰ ਸਾਹਮਣੇ ਨੂੰ ਦੇਖ ਕੇ ਜੰਨੀਗੜ੍ਹ ਟ੍ਰੈਫਿਕ ਪੁਲਿਸ ਬਿਨਾਂ ਹੈਲਮਟ ਤੋਂ ਦੁਪਹੀਆ ਵਾਂਚ ਲਾਉਣ ਵਾਲੀਆਂ ਔਰਤਾਂ ਨੂੰ ਛੱਡ ਰਹੀ ਹੈ ਪਰ ਹਜ਼ਾਰਾਂ ਹੋਰ ਔਰਤਾਂ ਦੇ ਸਿਰ ਤੇ ਹੈਲਮਟ ਨਾ ਪਾਉਣ ਕਾਰਨ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦਸਤਾਰ ਨਾ ਸਜਾਉਣ ਵਾਲੀਆਂ ਸਿੱਖ ਔਰਤਾਂ ਦਾ ਚਲਾਨ ਕਰੇਗਾ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤੀਮਾ ਵੜੀਆ ਖਬਰਾਂ ਦੋਸਤੋ ਜੇ ਸਾਡੀ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਆਪਣੀ ਇਸ ਜਾਣਕਾਰੀ ਨੂੰ ਵਾਰਤਵਾਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਦੋਸਤੋ ਅਸੀਂ ਮਿਲਦੇ ਹਾਂ ਜੀ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਦੇ ਗਾਲੇ ਇਲਮ ਦੇ ਮਾਹਰ ਗੁਰੂ ਅਜਮੇਰੀ ਬਾਬਾ ਜੀ 98150 15072 चमत्कार होंगे दे देखो अपनी आंखें सामने 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹਾਰ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਗੁਰੂ ਅਜਮੇਰੀ ਬਾਬਾ ਜੀ 98150 15072